ਤੋਂ 8 ਸੀਟਾਂ ਜਿੱਤ ਹੈਗੀ ਤੇ 13 ਸੀਟਾਂ ਦੇ ਸਵਾਲ ਤੇ ਬੋਲੇ ਨੇ, ਜੋ ਲੱਗ ਰਿਹਾ ਉਹੀ ਬੋਲਣਾ ਚਾਹੀਦਾ ਹੈ। ਤੇ ਆਪ ਨਾਲ ਅਲਾਇੰਸ ਦੇ ਸਵਾਲ ਤੇ ਵੀ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਸਾਡੇ ਕੁਝ ਲੀਡਰ ਆਪ ਨਾਲ ਗੱਠਜੋੜ ਚਾਹੁੰਦੇ ਸੀ ਪਰ ਅਸੀਂ ਆਪ ਨਾਲ ਗੱਠਜੋੜ ਨਹੀਂ ਹੋਣ ਦਿੱਤਾ। ਤਾਂ ਦੱਸ ਦਈਏ ਕਿ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਪ ਨਾਲ ਅਲਾਇੰਸ ਚਾਹੁੰਦੇ ਸੀ ਕੁਝ ਲੀਡਰ ਪਰ ਅਸੀਂ ਅਲਾਇੰਸ ਨਹੀਂ ਹੋਣ ਦਿੱਤਾ। ਦੱਸ ਦਈਏ ਕਿ ਬਿੱਟੂ ਅਤੇ ਚੱਬੇਵਾਲ ਈਡੀ ਤੇ ਵਿਜੀਲੈਂਸ ਤੋਂ ਡਰ ਗਏ ਨੇ, ਪ੍ਰਗਟ ਸਿੰਘ ਦੇ ਵੱਡੇ ਬਿਆਨ ਸਾਹਮਣੇ ਆਏ ਨੇ। ਦੱਸ ਦਈਏ ਕਿ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਵੱਡਾ ਦਾਅਵਾ ਵੀ ਕੀਤਾ ਗਿਆ ਹੈ। ਪ੍ਰਗਟ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ 7 ਤੋਂ 8 ਸੀਟਾਂ ਜਿੱਤੇਗੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ 13-0 ਦਾ ਦਾਅਵਾ ਨਹੀਂ ਕਰ ਰਹੇ ਜਾਂ ਵੱਧ ਸੀਟਾਂ ਦਾ ਦਾਅਵਾ ਨਹੀਂ ਕਰ ਰਹੇ, ਤਾਂ ਪ੍ਰਗਟ ਸਿੰਘ ਨੇ ਕਿਹਾ ਕਿ ਜੋ ਲੱਗਦਾ ਹੈ ਉਹੀ ਬੋਲਣਾ ਚਾਹੀਦਾ ਹੈ। ਤਾਂ 13 ਸੀਟਾਂ ਦੇ ਸਵਾਲ ਤੇ ਪ੍ਰਗਟ ਸਿੰਘ ਨੇ ਜਵਾਬ ਦਿੱਤਾ, ਨਾਲ ਹੀ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਗਏ ਨੇ ਉਹਨਾਂ ਤੇ ਵੀ ਬੋਲੇ ਨੇ। ਰਵਨੀਤ ਸਿੰਘ ਬਿੱਟੂ ਤੇ ਵੀ ਪ੍ਰਗਟ ਸਿੰਘ ਨੇ ਜਵਾਬ ਦਿੱਤਾ ਹੈ ਤੇ ਨਾਲ ਹੀ ਡਾਕਟਰ ਰਾਜ ਕੁਮਾਰ ਚੱਬੇਵਾਲ, ਉਹਨਾਂ ਨੇ ਕਿਹਾ ਹੈ ਕਿ ਈਡੀ ਅਤੇ ਵਿਜੀਲੈਂਸ ਤੋਂ ਡਰ ਗਏ ਨੇ ਇਹ ਆਗੂ, ਇਸੇ ਕਰਕੇ ਦੋਵੇਂ ਕਾਂਗਰਸ ਪਾਰਟੀ ਛੱਡ ਗਏ ਨੇ ਜਾਂ ਭਾਜਪਾ 'ਚ ਗਏ ਨੇ ਜਾਂ ਆਪ 'ਚ ਗਏ ਨੇ, ਜਿਹੜੀਆਂ ਵਿਰੋਧੀ ਪਾਰਟੀਆਂ 'ਚ ਜਾ ਰਹੇ ਨੇ ਵੱਖ ਵੱਖ ਆਗੂ ਕਾਂਗਰਸ ਨੂੰ ਛੱਡ ਕੇ, ਉਸ ਤੇ ਪ੍ਰਗਟ ਸਿੰਘ ਨੇ ਚੁੱਪੀ ਤੋੜੀ ਹੈ। ਤਾਂ ਚੋਣਾਂ ਤੇ ਕਾਂਗਰਸੀ MLA ਦੀ ਭਵਿੱਖਬਾਣੀ ਨੇ ਬੇਬਾਕੀ ਨਾਲ ਰੱਖਦੇ ਨੇ ਔਰ ਗੱਲਾਂ ਵਿੱਚ ਕਾਫੀ ਕੁਛ ਕਹਿ ਜਾਂਦੇ ਨੇ। ਬਹੁਤ ਬਹੁਤ ਸਵਾਗਤ ਹੈ ਪ੍ਰਗਟ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਗੱਲ ਕੀਤੀ ਕਿ ਨੈਸ਼ਨਲ ਇਸ਼ੂ ਕੀ ਹੈ, ਰਾਹੁਲ ਗਾਂਧੀ ਦਾ ਜ਼ਿਕਰ ਕੀਤਾ, ਫਿਰ ਤੁਸੀਂ ਕਿਹਾ ਕਿ ਪੰਜਾਬ ਦੇ ਮੁੱਦੇ ਵੀ ਬਹੁਤ ਅਹਿਮ ਨੇ ਔਰ ਤੁਸੀਂ ਪਾਰਟੀ ਦੀ ਲੀਕ ਤੋਂ ਹਟ ਕੇ ਵੀ ਆਪਣੀ ਗੱਲ ਕਰਦੇ ਰਹੇ ਹੋ। ਮੈਂ ਪਹਿਲਾਂ ਸਵਾਲ ਇਹ ਪੁੱਛਣਾ ਚਾਹੁੰਦਾ, ਅੱਜ ਪੰਜਾਬ 'ਚ ਕਾਂਗਰਸ ਕਿੱਥੇ ਖੜੀ ਹੈ? ਵੀ ਕਾਂਗਰਸ ਅੱਜ ਮੈਨੂੰ ਲੱਗਦਾ ਕਿ ਸਾਡੀ ਮੇਜਰ ਜਿਹੜੇ ਆ ਉਹ 8-10 ਸੀਟਾਂ ਤੱਕ ਵੀ ਜਿਹੜਾ ਉਹ ਕਾਂਗਰਸ ਆ ਸਕਦੀ ਹੈ। 8-10, 13 ਨਹੀਂ ਤੁਸੀਂ ਕਹਿ ਰਹੇ ਹੋ? ਦੇਖੋ ਜੇ ਰੀਅਲਿਸਟਿਕਲੀ ਦੇਖਿਆ ਜਾਵੇ, ਕਿਉਂਕਿ ਕੱਲ੍ਹ ਦਾ ਕੁਛ ਪਤਾ ਨਹੀਂ ਹੈ, ਕਿਉਂਕਿ ਇੱਕ ਮਹੀਨੇ 'ਚ ਮੈਨੂੰ ਤਾਂ ਐਂ ਵੀ ਲੱਗਦਾ ਹੁੰਦਾ ਕਈ ਵਾਰੀ ਨਾ ਲਾਸਟ ਮਿੰਟਾਂ ਦੇ ਵਿੱਚ ਵੀ ਗੋਲ ਕਈ ਇੱਧਰ ਉੱਧਰ ਹੋ ਜਾਂਦੇ ਆ। ਸੋ ਉਸ ਸੰਦਰਭ ਦੇ ਵਿੱਚ ਮੈਂ ਕਹਿ ਸਕਦਾ ਇਹ ਗੋਲ ਆਪਣਿਆਂ ਨੇ ਕੀਤੇ ਆ ਜਾਂ ਕਿਹਦੀ ਜ਼ਿੰਮੇਵਾਰੀ ਕੀਤੀ ਹੈ? ਨਹੀਂ, ਜ਼ਿੰਮੇਵਾਰੀ ਤਾਂ ਚਲੋ ਆਪਾਂ 1 ਤਰੀਕ ਤੋਂ 1 ਜੂਨ ਤੋਂ ਬਾਅਦ ਕਰਾਂਗੇ ਕਿ ਕਿਹਦੀ ਜ਼ਿੰਮੇਵਾਰੀ ਆ, ਪਰ ਇਹ ਆ ਕਿ ਅੱਜ ਦੇਸ਼ ਦੇ ਸੰਦਰਭ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਆ ਉੱਥੇ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣ ਦੀ ਜ਼ਰੂਰਤ ਹੈ। ਪੰਜਾਬ 'ਚ ਚੱਬੇਵਾਲ ਹੋਣ, ਬਿੱਟੂ ਹੋਣ, ਗੋਲਡੀ ਹੋਣ, ਕਈ ਲੀਡਰ ਲਗਾਤਾਰ ਪਟਕੇ ਚੇਂਜ ਕਰ ਰਹੇ ਨੇ, ਹੱਥ ਛੱਡ ਕੇ ਜਾ ਰਹੇ ਨੇ, ਪਰ ਜ਼ਿੰਮੇਵਾਰੀ ਤਾਂ ਤੈਅ ਚਾਹੇ ਬਾਅਦ ਚਾਹੇ ਅੰਦਰ ਖਾਤੇ ਤੁਹਾਡਾ ਖੋਲਦਾ ਹੋਣਾ ਕਿ ਇਹ ਕਿਉਂ ਹੋ ਰਿਹਾ, ਜਾਂ ਤੁਸੀਂ ਵਿਦਇਨ ਪਾਰਟੀ ਦਾ ਗੱਲ ਕਰਦੇ ਹੋਣੇ ਨਾ? ਨਹੀਂ, ਵਿਦਇਨ ਪਾਰਟੀ ਗੱਲ ਕਰਦੇ, ਮੈਂ ਕਿਹਾ ਤੁਹਾਨੂੰ 1 ਜੂਨ ਤੋਂ ਬਾਅਦ ਜ਼ਰੂਰ ਦੱਸਾਂਗੇ ਇਸ ਗੱਲ ਲਈ, ਕਿਉਂਕਿ ਅੱਜ ਲੜਾਈ ਸਾਡੇ ਦੇਸ਼ ਲਈ ਹੈ, ਕਿਉਂਕਿ ਉਹ ਵੱਡਾ ਇਸ਼ੂ ਆ ਜਿਹੜੀ ਇੰਟਰਨਲ ਹੁੰਦੀ। ਦੇਖੋ ਪੋਲੀਟਿਕਸ ਵੀ 2 ਤਰ੍ਹਾਂ ਦੀ ਹੁੰਦੀ, ਇੱਕ ਇੰਟਰਨਲ ਹੁੰਦੀ, ਐਕਸਟਰਨਲ ਹੁੰਦੀ ਆ, ਠੀਕ ਹੈ ਨਾ? ਅੱਜ ਸਾਨੂੰ ਐਕਸਟਰਨਲ ਨਾਲ ਲੜਨ ਦੀ ਜ਼ਰੂਰਤ ਹੈ। ਜੋ ਵੀ ਪੋਸੀਬਲ ਹੋਇਆ ਉਹ ਅੱਜ ਦੀ ਤਰੀਕ ਦੇ ਵਿੱਚ ਆਪਣੇ ਸਾਰਿਆਂ ਦੇ ਸਾਹਮਣੇ ਆ। ਸੋ ਮੈਂ ਤਾਂ ਉਹਨੂੰ ਇੱਕ ਨੈਸ਼ਨਲ ਵਿਊ ਦੇਖਦੇ ਹੋਏ, ਇੱਕ ਪੰਜਾਬ ਦਾ ਵਿਊ ਦੇਖਦੇ ਹੋਏ ਅੱਜ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਵੀ ਸਾਨੂੰ ਪੰਜਾਬੀਆਂ ਨੂੰ ਕੀ ਸੋਚ ਕੇ ਕਿੱਧਰ ਨੂੰ ਤੁਰਨ ਦੀ ਜ਼ਰੂਰਤ ਹੈ। ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ BJP ਦੀ ਬੀ ਟੀਮ ਹੈ, ਪੰਜਾਬ 'ਚ ਗਠਬੰਧਨ ਨਹੀਂ ਹੋਇਆ, ਲੇਕਿਨ ਜਦੋਂ ਇੰਡੀਆ ਅਲਾਇੰਸ ਦੀ ਗੱਲ ਆਉਂਦੀ ਉੱਥੇ ਫਿਰ ਇਕੱਠੇ ਨੇ। ਇਹ ਤੁਹਾਨੂੰ ਲੱਗਦਾ ਨਾ ਕਿ ਡਿਊਲ ਪੋਲੀਟਿਕਸ? ਨਹੀਂ, ਡਿਊਲ ਪੋਲੀਟਿਕਸ ਦੇਖੋ ਹੋ ਸਕਦਾ ਵੀ ਇਹ ਵੱਡੇ ਸੰਦਰਭ ਦੇ ਵਿੱਚ ਇਹੋ ਜਿਹਾ ਹੋਇਆ ਹੋਵੇ, ਲੇਕਿਨ ਪੰਜਾਬ ਲਈ ਅਸੀਂ ਬੜੇ ਕਲੀਅਰ ਹਾਂ ਔਰ ਇਹ ਸਾਡੀ ਰਜ਼ਿਸਟੈਂਸ ਹੀ ਸੀ ਜਿਹੜੀ ਪੰਜਾਬ ਦੇ ਵਿੱਚ ਅਲਾਇੰਸ ਨਹੀਂ ਹੋਈ, ਕਿਉਂਕਿ ਕਈ ਲੀਡਰ ਇਹੋ ਜਿਹੇ ਸੀਗੇ
ਜਿਹੜੇ ਪੰਜਾਬ ਦੇ ਵਿੱਚ ਵੀ ਅਲਾਇੰਸ ਕਰਨਾ ਚਾਹੁੰਦੇ ਸੀ ਕਾਂਗਰਸ ਦੇ ਸੀਗੇ, ਹਾਂ ਡੈਫੀਨੇਟਲੀ ਸੀਗੇ, ਪਰ ਉਹ ਅਸੀਂ ਨਹੀਂ ਹੋਣ ਦਿੱਤੀ। ਉਹਦਾ ਸਿੰਪਲ ਕਾਰਨ ਇਹ ਸੀ ਕਿ ਜੇ ਓਪੋਜੀਸ਼ਨ ਅਤੇ ਜਿਹੜੀ ਸਰਕਾਰ ਆ ਉਹ ਜੇ ਇਕੱਠੀ ਹੋ ਜਾਵੇ, ਜਿਹੜੀ ਕਿ ਪਿਛਲੇ 2 ਸਾਲਾਂ ਦੀ ਕਾਰਗੁਜ਼ਾਰੀ ਇੰਨੀ ਆਮ ਆਦਮੀ ਪਾਰਟੀ ਦੀ ਮਾੜੀ ਆ, ਅਤੇ ਮੈਨੂੰ ਲੱਗਦਾ ਫਿਰ ਸਾਡਾ ਕੋਈ ਫੇਸ ਵੈਲਿਊ ਰਹਿਣੀ ਨਹੀਂ ਹੈ। ਸੋ ਇਸ ਕਰਕੇ ਅਸੀਂ ਉਹ ਨਹੀਂ ਹੋ ਸਕਦੇ। ਲੀਡਰਸ਼ਿਪ ਕ੍ਰਾਈਸਿਸ ਮੰਨਦੇ ਹੋ ਕਾਂਗਰਸ ਪੰਜਾਬ 'ਚ ਹੈ? ਅਲੱਗ ਅਲੱਗ ਧੜੇ ਬਣੇ ਹੋਏ ਨੇ, ਪਹਿਲਾਂ ਸਿੱਧੂ ਹੋਣੀ, ਫਿਰ ਇਹ ਜਿਹੜਾ ਹਾਲੀਆ ਸਾਰਾ ਚੇਂਜਿਸ ਹੋਏ ਪਾਰਟੀ ਹੈ, ਦਲਬੀਰ ਗੋਲਡੀ ਦਾ ਇਸ਼ੂ ਕਰੰਟ ਹੈਗਾ? ਨਹੀਂ ਦੇਖੋ, ਇਹ ਤੁਹਾਨੂੰ ਮੈਂ ਦੱਸਿਆ ਵੀ ਜਿਹੜੀ ਇੰਟਰਨਲ ਹੈ ਇਹ 1 ਜੂਨ ਤੋਂ ਬਾਅਦ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਕਲਾਸਵਾਲ ਜਹਿਨ ਚੋਰ ਆ ਗਿਆ, ਤੁਸੀਂ ਕਾਂਗਰਸ 'ਚ ਰਹੋਗੇ? ਨਹੀਂ ਕਿਉਂ, ਮੈਨੂੰ ਕੋਈ ਪ੍ਰੋਬਲਮ ਹੈ? ਮੈਂ ਦੇਖੋ ਮੈਂ ਜਿਹੜੀ ਲੌਜਿਕ ਦੀ ਲੜਾਈ ਲੜਦਾ ਅੱਜ ਤੱਕ, ਮੈਂ ਉਹਦੇ ਨਾਲੋਂ, ਕਿਉਂਕਿ ਜੇ ਕੋਈ ਪ੍ਰੋਬਲਮ ਹੋਵੇ ਮੈਂ ਘਰ ਬਹਿਣਾ ਪਸੰਦ ਕਰੂੰਗਾ। ਇਨਸਟੈਡ ਕੀ ਯਾਰ ਆਹ ਕਰ ਕੀ ਰਹੇ ਆ, ਮਤਲਬ ਬਿੱਟੂ ਮੇਰਾ ਖਿਆਲ 3 ਵਾਰੀ MP, ਇੰਨੀ ਲਗੇਸੀ, ਗੱਲ ਕੀ ਸੀਗੀ ਵੀ ਇੱਕ ਸਰਵੇ ਕਰਾਇਆ ਪਰਸਨਲ, ਉਹਦੇ ਵਿੱਚ 3 ਆਉਂਦਾ ਸੀਗਾ, ਉਹਦੇ ਵਿੱਚ 3 ਆਉਂਦਾ ਸੀ। ਆ ਚੱਬੇਵਾਲ 2 ਵਾਰੀ ਦਾ MLA, ਡਿਪਟੀ CLP, ਉਹਦੇ ਤੋਂ ਬਾਅਦ ਅਸਲੀ ਗੱਲ ਹੈ ਜੋ ED ਅਤੇ CBI ਦਿੱਲੀ ਕਰਦੇ ਆ ਨਾ, ਪੰਜਾਬ ਦੇ ਵਿੱਚ ਵਿਜੀਲੈਂਸ ਵੀ ਇਹੀ ਕੰਮ ਕਰਦੀ ਆ। ਲੇਕਿਨ ਇਹਨਾਂ ਲੀਡਰਾਂ ਨੂੰ ਖੰਡ ਦੀ ਜ਼ਰੂਰਤ ਆ, ਜੇ ਫਿਰ ਇੱਦਾਂ ਦੀ ਗੱਲ ਕਿਤੇ ਆ ਵੀ ਜਾਂਦੀ ਆ ਤੇ ਵੀ ਫੇਸ ਇਟ, ਫਿਰ ਇਹਦੇ 'ਚ ਕੀ ਪ੍ਰੋਬਲਮ? ਤੁਸੀਂ ਡਰ ਕੇ ਗਏ ਨੇ? ਡਰਦੇ ਮਾਰੇ ਹੀ ਚਲੇ ਜਾਂਦੇ ਆ, ਕਿਉਂਕਿ ਇਹ ਬਹੁਤੇ ਲੀਡਰ ਤਾਂ ਮਤਲਬ ਡਰਦੇ ਮਾਰੇ ਹੀ ਕਿਤੇ ਨਾ ਕਿਤੇ ਖਿਸਕੇ ਹੁੰਦੇ ਆ। ਬਹੁਤ ਬਹੁਤ ਸ਼ੁਕਰੀਆ। ਦੱਸ ਦਈਏ ਕਿ ਪ੍ਰਗਟ ਸਿੰਘ ਦੇ ਵੱਲੋਂ ਜਿਹੜੇ ਛੱਡ ਕੇ ਗਏ ਨੇ ਪਾਰਟੀ, ਉਹਨਾਂ 'ਤੇ ਵੀ ਤੰਜ ਕੱਸਿਆ ਗਿਆ। ਰਵਨੀਤ ਬਿੱਟੂ ਦੇ ਸਰਵੇ 'ਤੇ ਬੋਲੇ ਨੇ ਕਿ ਸਰਵੇ ਕਰਵਾਇਆ ਗਿਆ ਸੀ ਅਤੇ 3 ਨੰਬਰ 'ਤੇ ਆਉਂਦੇ ਸੀ, ਤਾਂ ਇਸ ਕਰਕੇ ਪਾਰਟੀ ਛੱਡ ਗਏ ਨੇ। ਨਾਲ ਹੀ ED ਅਤੇ ਵਿਜੀਲੈਂਸ ਦੀ ਵੀ ਗੱਲ ਆਖੀ ਹੈ ਕਿ ਜਿਵੇਂ ਦਿੱਲੀ ਦੇ ਵਿੱਚ ਜਾਂ ਬਾਕੀ ਥਾਵਾਂ 'ਤੇ ED ਡਰਾਵਾ ਦਿੰਦੀ ਹੈ, ਉਵੇਂ ਪੰਜਾਬ ਦੇ ਵਿੱਚ ਵਿਜੀਲੈਂਸ ਤੋਂ ਡਰ ਕੇ ਆਗੂ ਜਾ ਰਹੇ ਨੇ। ਤਾਂ ਪ੍ਰਗਟ ਸਿੰਘ ਬੇਬਾਕ ਬੋਲੇ ਨੇ ਅਤੇ ਆਪਣੀ ਪਾਰਟੀ ਤੋਂ ਛੱਡ ਕੇ ਗਏ ਆਗੂਆਂ ਬਾਰੇ ਵੀ ਉਹਨਾਂ ਨੇ ਤੰਜ ਕੱਸਿਆ ਏ, ਅਤੇ ਨਾਲ ਹੀ ਉਹਨਾਂ ਨੇ 7-8 ਸੀਟਾਂ ਜਿੱਤਣ ਦੀ ਵੀ ਗੱਲ ਆਖੀ ਹੈ। ਤਾਂ ਅੱਗੇ ਵੱਧਦੇ ਹਾਂ। ਰਾਜਾ ਵੜਿੰਗ ਜਿਹੜੇ ਨੇ ਉਹ ਲੁਧਿਆਣਾ ਪਹੁੰਚੇ ਨੇ। ਚੋਣ ਪ੍ਰਚਾਰ ਦਾ ਆਗਾਜ਼ ਜਿਹੜਾ ਰਾਜਾ ਵੜਿੰਗ ਨੇ ਕਰ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ 'ਤੇ ਟਿਕਟ ਮਿਲਣ ਤੋਂ ਬਾਅਦ ਉਹ ਪਹਿਲੀ ਵਾਰ ਹੁਣ ਲੁਧਿਆਣਾ ਪਹੁੰਚੇ ਨੇ ਅਤੇ ਚੋਣ ਪ੍ਰਚਾਰ ਦਾ ਆਗਾਜ਼ ਕਰਦੇ ਦਿਖੇ ਨੇ। ਤਾਂ ਦੱਸ ਦਈਏ ਕਿ ਇਸ ਦੇ ਨਾਲ ਹੀ ਰਾਜਾ ਵੜਿੰਗ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪਾਰਟੀ ਪੰਜਾਬ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ। ਕਾਂਗਰਸ ਜਿੱਥੇ ਪ੍ਰਗਟ ਸਿੰਘ 7-8 ਸੀਟਾਂ ਜਿੱਤਣ ਦੀ ਗੱਲ ਕਰ ਰਹੇ ਨੇ, ਉੱਥੇ ਦੂਜੇ ਪਾਸੇ ਰਾਜਾ ਵੜਿੰਗ ਜਿਹੜੇ ਨੇ ਕਹਿ ਰਹੇ ਨੇ ਕਿ ਸਭ ਤੋਂ ਵੱਡੀ ਪਾਰਟੀ ਬਣੇਗੀ ਕਾਂਗਰਸ ਪੰਜਾਬ ਦੇ ਵਿੱਚ। ਅਤੇ ਚੋਣ ਪਿੜ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਰਨੈਲ ਆ ਚੁੱਕਿਆ ਹੈ ਅਤੇ ਕਾਂਗਰਸ ਪਾਰਟੀ ਨੂੰ ਛੱਡਣ ਵਾਲਿਆਂ ਨੂੰ ਉਹਨਾਂ ਨੇ ਬੇਵਫਾ ਆਖਿਆ ਹੈ। ਅਤੇ ਨਾਲ ਹੀ ਦਲਵੀਰ ਗੋਲਡੀ 'ਤੇ ਵੀ ਉਹਨਾਂ ਨੇ ਟਿੱਪਣੀ ਕੀਤੀ, ਉਹਨਾਂ ਨੇ ਕਿਹਾ ਕਿ ਦਲਵੀਰ ਗੋਲਡੀ ਨੇ ਸਿਆਸੀ ਖੁਦਕੁਸ਼ੀ ਕੀਤੀ ਹੈ। ਅਤੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਦੇ ਜਿੱਤ ਦਾ ਵੀ ਦਾਅਵਾ ਕੀਤਾ ਹੈ ਰਾਜਾ ਵੜਿੰਗ ਨੇ। ਤਾਂ ਰਾਜਾ ਵੜਿੰਗ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਲੁਧਿਆਣਾ ਪਹੁੰਚੇ, ਜ਼ੋਰਦਾਰ ਸਵਾਗਤ ਰਾਜਾ ਵੜਿੰਗ ਦਾ ਹੋਇਆ ਹੈ। ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜਿੱਥੇ ਰਾਜਾ ਵੜਿੰਗ ਪਹਿਲੇ ਦਿਨ ਹੁਣ ਲੁਧਿਆਣਾ ਪਹੁੰਚੇ ਨੇ ਅਤੇ ਇਸ ਦੌਰਾਨ ਉਹਨਾਂ ਨੇ ਕਈ ਟਿੱਪਣੀਆਂ ਵੀ ਕੀਤੀਆਂ, ਬਿਆਨ ਵੀ ਦਿੱਤੇ, ਅਤੇ ਨਾਲ ਹੀ ਜਿਨ੍ਹਾਂ ਨੇ ਪਾਰਟੀ ਛੱਡੀ ਹੈ, ਜਿਹੜੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਗਏ ਨੇ, ਉਹਨਾਂ ਨੂੰ ਬੇਵਫਾ ਕਿਹਾ ਹੈ। ਦਲਵੀਰ ਗੋਲਡੀ ਨੂੰ ਕਿਹਾ ਹੈ ਕਿ ਉਹਨਾਂ ਨੇ ਸਿਆਸੀ ਖੁਦਕੁਸ਼ੀ ਕਰ ਲਈ ਹੈ, ਅਤੇ ਸੁਖਪਾਲ ਖਹਿਰਾ ਦੀ ਜਿੱਤ ਦਾ ਵੀ ਦਾਅਵਾ ਕੀਤਾ ਹੈ। ਤਾਂ ਲੁਧਿਆਣਾ ਦੇ ਵਿੱਚ ਵੱਡੀ
ਸਿਆਸੀ ਫਾਈਟ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਰਾਜਾ ਵੜਿੰਗ ਜਿਹੜੇ ਨੇ ਉਹ ਚੋਣ ਮੈਦਾਨ 'ਚ ਨੇ ਅਤੇ ਰਵਨੀਤ ਬਿੱਟੂ ਜਿਹੜੇ ਪਾਰਟੀ ਛੱਡ ਕੇ ਗਏ ਨੇ ਉਹਨਾਂ ਦੇ ਖਿਲਾਫ ਰਾਜਾ ਵੜਿੰਗ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਆਪ ਦੇ ਅਸ਼ੋਕ ਪਰਾਸ਼ਰ ਪੱਪੀ ਨੇ ਅਤੇ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਚੋਣ ਮੈਦਾਨ 'ਚ ਨੇ। ਵੱਡੀ ਗੱਲ ਇਹ ਹੈ ਕਿ ਰਵਨੀਤ ਬਿੱਟੂ 3 ਵਾਰ ਦੇ ਸਾਂਸਦ ਨੇ, 2 ਵਾਰ ਲਗਾਤਾਰ ਲੁਧਿਆਣਾ ਜਿੱਤ ਚੁੱਕੇ ਨੇ, ਪਰ ਇਸ ਵਾਰ ਉਹ ਕਾਂਗਰਸ ਤੋਂ ਨਹੀਂ ਭਾਜਪਾ ਤੋਂ ਚੋਣ ਲੜ ਰਹੇ ਨੇ ਅਤੇ ਇਸੇ ਕਰਕੇ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਵੱਡੇ ਸਭ ਤੋਂ ਵੱਡੇ ਆਗੂ, ਕਿਉਂਕਿ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ, ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਹਾਲਾਂਕਿ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ 9 ਦੀਆਂ 9 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਸੀ, ਪਰ ਹੁਣ 2024 ਕੀ ਹੋਵੇਗਾ, 2024 ਦੇ ਵਿੱਚ ਕੌਣ ਬਣੇਗਾ 2024 ਦਾ ਲੁਧਿਆਣਾ ਦਾ ਚੈਂਪੀਅਨ, ਕਿਉਂਕਿ ਰਾਜਾ ਵੜਿੰਗ ਵੀ ਚੋਣ ਮੈਦਾਨ 'ਚ ਨੇ, ਢੋਲ ਦੀ ਥਾਪ 'ਤੇ ਉਹਨਾਂ ਦਾ ਸਵਾਗਤ ਹੋਇਆ ਹੈ।